नरपुरा गुरदासपुर के पिंड नरपुरा चलिया शरेआम गोलियां इस संबंधी जानकारी दिंदिया पीड़ित की पत्नी रणजीत कौर ने दस्या कि वरसोला पिंड के रहने वाले एक लड़के नाल मेरे बेटे की तकरार हुई जिथे ये आपस में लड़ाई हुई जिस तो बाद अज 10 तो 12 हथियारबंद नौजवानों वालों साढ़े उपर हमला कर दिता गया ते ताबड़तोड़ गोलियां चलाउणियां शुरू कर दित्तियां गईयां जिस दौरान उसके पति सतनाम सिंह नूं गोलियां लगन कारण जख्मी हो जाण ते हस्पताल दाखिल कराया गया है। उन्होंने कहा कि पिंड वासियों वालों हमला करन वाले नौजवानों नूं काबू कर लिया गया है अते पुलिस दे हवाले कर दिता गया है। फिलहाल पुलिस वालों दोषियों नूं काबू करके अपनी हिरासत में लै लिया गया है अते अगली कार्रवाई शुरू कर दी गई है। दोषियों दीयां गड्डियां मोटरसाइकल उत्थे ही रह गए हैं जिन्हां नूं लोकां ने बुरी तरह भन तोड़ दिता है। ਉਹਨਾਂ ਮੁੰਡਿਆਂ ਨੇ ਇਹ ਮੁੰਡਿਆਂ ਨੂੰ ਸੱਦਿਆ ਇਹ ਮੁੰਡੇ ਬੁਲਾਏ ਉਹਨਾਂ ਪ੍ਰਾਹਣੇ ਪ੍ਰਾਹਣੇ ਸਾਨੂੰ ਕੀ ਪਤਾ ਹੁਣ ਕਿੱਥੋਂ ਲਿਆਏ ਆ ਇਹਨਾਂ ਨੇ ਆਗੇ ਕੀ ਕੀਤਾ ਉਹਨਾਂ ਗੋਲੀਆਂ ਚਲਾਈਆਂ ਸਿੱਧੀਆਂ ਗੋਲੀ ਕਿਹਦੇ ਲੱਗੀ ਆ ਉਹ ਇਹਦੇ ਪਾਪਾ ਦੇ ਲੱਗੀ ਇੱਕ ਪੇਟ ਤੇ ਇੱਕ ਬਾਹ ਤੇ ਲੱਗੀ ਪਾਪਾ ਦੇ ਕੀ ਕੰਮ ਕਰਦੇ ਜੀ ਜੀ ਬੋਲ ਜੀ ਮੈਂ ਤੁਹਾਨੂੰ ਦੱਸਣ ਦੇ ਵੀ ਇੱਥੇ ਪਹੁੰਚੇ ਤੇ ਉਹਨਾਂ ਗੋਲੀਆਂ ਚਲਾਤੀ ਉਹਨਾਂ ਦੇ ਹੁੰਦੇ ਲੱਗ ਗਿਆ ਵਿਚਾਰਿਆਂ ਦੇ ਉਹਨਾਂ ਤੇ ਪਾਣੀ ਵੀ ਨਹੀਂ ਪੀਤਾ ਕਰੋ ਕਿੰਨੇ ਜਾਣੇ ਆਏਗੇ ਤਕਰੀਬਨ ਬਹੁਤ ਜ਼ਿਆਦਾ ਆਏ ਆ ਕਿ ਗੱਡੀਆਂ ਤੇ ਆਏ ਆ ਮੋਟਰਸਾਈਕਲਾਂ ਤੇ ਉਹ ਤੁਹਾਨੂੰ ਤਾਂ ਪਤਾ ਨਹੀਂ ਲੱਗਾ ਇੰਨੀ ਦੁਨੀਆ ਆ ਗਈ ਕੀ ਚਾਹੁੰਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਕੋਲੋਂ ਤੁਸੀਂ ਪੁਲਿਸ ਦੇ ਕੋਲ ਕੀ ਚਾਹੁੰਦੇ ਹੋ ਅਸੀਂ ਤਾਂ ਇਹ ਕਹਿੰਦੇ ਵੀ ਜਿਨ੍ਹਾਂ ਦੀ ਗਲਤੀ ਉਹਨਾਂ ਨੂੰ ਜੋ ਹੋਣਾ ਕਰੋ ਉਹਨਾਂ ਨੂੰ ਠੀਕ ਹੈ ਜੀ ਹੁਣ ਤੱਕ ਕੋਈ ਗਲਤੀ ਨਹੀਂ ਹੋਈ ਪਹਿਲਾਂ ਠੀਕ ਹੈ ਉਹ ਗੇਰ ਪਾਪਾ ਜ਼ਰੂਰ ਗੁੱਸੇ ਵੀ ਤੂੰ ਗੇਂਦ ਫੜੀ ਤੇ ਚਲੋ ਅਫਸਰ ਚ ਦੋਵੇਂ ਚਾਹ ਗਗੜ ਪਏ ਤੇ ਸੇ ਸੱਤ ਜਾਣੇ ਤਾਂ ਉਹੀ ਪਏ ਨੇ ਸਾਨੂੰ ਪਹਿਲੇ ਦਿਨ ਵੀ ਹੁਣ ਵੀ ਵੇਖੋ ਸਾਰਾ ਉਹਨਾਂ ਪਿੰਡ ਦੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰ ਲੈਂਦੇ ਜੀ ਹੁਣ ਕਿਹੋ ਹੋਰ ਤੇ ਵੀ ਗੋਲੀ ਲੱਗ ਸਕਦੀ ਹੁਣ ਇਹਨਾਂ ਮੁੰਡਿਆਂ ਨੂੰ ਪਿੰਡ ਵਾਲਿਆਂ ਨੇ ਫੜਿਆ ਪਿੰਡ ਵਾਲਾ ਫੜਿਆ ਨਹੀਂ ਮਤਲਬ ਇਹਨਾਂ ਫਿਰ ਗਾਲੀਆਂ ਪਏ ਆ ਇਹਨਾਂ ਕੋ ਕਿਹੜੀਆਂ ਗੋਲੀਆਂ ਸੀ ਉਹਨਾਂ ਦਾ ਆਪ ਵੀ ਬਹੁਤ ਗੋਲੀ ਚਲਾਈ ਸਾਰਿਆਂ ਨੂੰ ਪਤਾ ਹੁਣ ਤੁਹਾਨੂੰ ਕਿਹੜਾ ਪਤਾ ਨਹੀਂ ਇੰਨਾ ਪਿੰਡ ਤੋਂ ਕਾਇਤੇ ਠੀਕ ਹੈ ਭਾਜੀ ਇਹ ਰਿਸ਼ਤੇਦਾਰ ਸਾਰੇ ਉਹਨਾਂ ਲਿਆਂਦੇ ਜੀ ਕੀ ਨਾਮ ਹੈ ਤੁਹਾਡਾ ਰਣਜੀਤ ਕੌਰ